सुखदेव चौधरी थे सर जी, इन्हें मैनू धोखे दे नाल मेरे तो रजिस्ट्री कराई है जी। ਕੁਲ ਝੂਠੇ ਇੱਕ ਨੰਬਰ ਦੀ ਮਕਾਰ ਔਰਤ ਹੈ, ਇਹਨੇ ਇੱਕ ਹੀ ਆਪਦੀ ਕੋਠੀ ਨੂੰ ਪੰਜ ਥਾਂ ਵੇਚਿਆ, ਪੰਜਾਂ ਦੇ ਐਗਰੀਮੈਂਟ ਮੇਰੇ ਕੋਲ ਨੇ। ਉਸ ਤੋਂ ਬਾਅਦ ਕਹਿੰਦੇ ਚਲੋ ਚਲੋ ਤੁਸੀਂ ਗੱਡੀ ਵੀ ਚਲੋ, ਮੈਂ ਤੁਹਾਨੂੰ ਪੈਸੇ ਦੇਣਾ ਜੀ। ਨਾ ਹੀ ਔਰ ਮੈਨੂੰ ਇਹਨੂੰ ਪੈਸੇ ਦਿੱਤੇ ਜੀ, ਚੈੱਕ ਦਿੱਤੇ ਜੀ, ਉਹ ਵੀ ਇਹਨੇ ਮੈਨੂੰ ਡੁਪਲੀਕੇਟ ਚੈੱਕ ਦਿੱਤੇ। ਹਰੇਕ ਤੋਂ ਦਸ ਦਸ ਬਾਰਾਂ ਬਾਰਾਂ ਵੀਹ ਵੀਹ ਲੱਖ ਰੁਪਏ ਲੈ ਲਏ। ਇੱਕ ਦਾ ਇੱਕ ਨੇ ਕੋਰਟ 'ਚ ਕੇਸ ਪਾਇਆ ਇਹਨੇ ਜੀ, ਫਿਰ ਇਹ ਪੈਸੇ ਲੈ ਲੈ ਕੇ ਇਲਜ਼ਾਮ ਲਗਾਉਂਦੀਆਂ ਦਾ ਧੰਦਾ ਇਹ ਵਾਲਾ। ਇਸੇ ਤਰ੍ਹਾਂ ਉਹ ਘਰ ਆ ਕੇ ਮੇਰੇ ਨਾਲ ਜੋ ਵੀ ਕਰਦਾ ਹੈਗਾ ਉਹ ਤੁਹਾਨੂੰ ਪਤਾ ਹੀ ਹੈ, ਜਿਸ ਪਰਚੇ ਦੇ ਵਿੱਚ ਦਰਦ ਹੈ। ਛੇੜਛਾੜ ਵੀ ਕੀਤੀ ਤੁਹਾਡੇ? ਹਾਂਜੀ ਹਾਂਜੀ ਬਿਲਕੁਲ। ਉਹਦਾ ਕੀ ਜੋ ਤਾਂ ਮੈਂ 55,000 ਕਤਲ ਕੀਤੇ ਹੋਏ ਨੇ, ਉਹਦੇ ਨਾਲ ਇਹਦੇ ਨਾਲ ਕੋਈ ਮੈਟਰ ਨਹੀਂਗਾ। ਸੋ ਜ਼ੀਰਕਪੁਰ ਦੇ ਵਿੱਚ ਸੁਖਦੇਵ ਚੌਧਰੀ ਇੱਕ ਬੜਾ ਆਪਾਂ ਕਹੀਏ ਚਰਚਿਤ ਨਾਮ ਹੈਗਾ, ਕਈ ਵਿਵਾਦ ਉਹਨਾਂ ਨਾਲ ਜੁੜੇ ਹੋਏ ਨੇ। ਸਾਡੇ ਨਾਲ ਅੱਜ ਇੱਕ ਮਹਿਲਾ ਮੌਜੂਦ ਨੇ, ਜ਼ੀਰਕਪੁਰ ਦੇ ਵਿੱਚ ਰਹਿੰਦੇ ਨੇ, ਮਮਤਾ ਇਨਕਲੇਵ ਦੇ ਵਿੱਚ ਬੜੇ ਸੰਗੀਨ ਦੋਸ਼ ਉਹਨਾਂ ਤੋਂ ਲਾ ਰਹੇ ਨੇ। ਮਾਮਲਾ ਕੀ ਹੈ ਉਹਨਾਂ ਤੋਂ ਜਾਣਦੇ ਹਾਂ। ਮੈਡਮ ਤੁਸੀਂ ਕੀ ਦੋਸ਼ ਲਾ ਰਹੇ ਹੋ ਸੁਖਦੇਵ ਚੌਧਰੀ ਉਹਨਾਂ 'ਤੇ? ਸੁਖਦੇਵ ਚੌਧਰੀ 'ਤੇ ਸਰ ਜੀ, ਇਹਨੇ ਮੈਨੂੰ ਧੋਖੇ ਦੇ ਨਾਲ ਮੇਰੇ ਤੋਂ ਰਜਿਸਟਰੀ ਕਰਾਈ ਹੈ ਜੀ, ਔਰ ਰਜਿਸਟਰੀ ਕਰਾ ਕੇ ਜੀ ਉਸ ਤੋਂ ਬਾਅਦ ਕਹਿੰਦੇ ਚਲੋ ਚਲੋ ਤੁਸੀਂ ਗੱਡੀ ਵੀ ਚਲੋ, ਮੈਂ ਤੁਹਾਨੂੰ ਪੈਸੇ ਦੇਣਾ ਜੀ। ਨਾ ਹੀ ਔਰ ਮੈਨੂੰ ਇਹਨੂੰ ਪੈਸੇ ਦਿੱਤੇ ਜੀ, ਚੈੱਕ ਦਿੱਤੇ ਜੀ, ਉਹ ਵੀ ਇਹਨੇ ਮੈਨੂੰ ਡੁਪਲੀਕੇਟ ਚੈੱਕ ਦਿੱਤੇ ਜੀ। ਇਸੇ ਥਰੂ ਘਰ ਆ ਕੇ ਮੇਰੇ ਨਾਲ ਜੋ ਵੀ ਕਰਦਾ ਹੈਗਾ ਉਹ ਤੁਹਾਨੂੰ ਪਤਾ ਹੀ ਹੈ, ਜਿਸ ਪਰਚੇ ਦੇ ਵਿੱਚ ਦਰਦ ਹੈ। ਹਾਂਜੀ ਹਾਂਜੀ ਹਾਂਜੀ। ਉਸ ਤੋਂ ਬਾਅਦ ਤੁਹਾਡੀ ਸਭ ਤੋਂ ਪਹਿਲੀ ਮੁਲਾਕਾਤ ਇਹਨਾਂ ਕਿਵੇਂ ਹੋਈ ਸੀਗੀ? ਇਹ ਮੇਰੇ ਕਿਸੇ ਦੇ ਥਰੂ ਮੁਲਾਕਾਤ ਹੋਈ ਸੀ। ਪਲਾਟ ਵੇਚਣਾ ਸੀ ਤੁਸੀਂ? ਹਾਂਜੀ ਹਾਂਜੀ। ਅੱਛਾ, ਤੇ ਕਿੰਨੇ 'ਚ ਵੇਚਿਆ ਸੀ? ਪੈਸੇ ਮਿਲੇ ਪੂਰੇ ਕਿ ਨਹੀਂ? ਨਹੀਂ ਨਹੀਂ ਜੀ, ਪਲਾਟ ਨਹੀਂ ਹੈ ਜੀ, ਕੋਠੀ ਹੈ ਜੀ ਸਾਡੀ, ਗਰਾਊਂਡ ਫਲੋਰ ਦੀ। ਠੀਕ ਹੈ ਨਾ ਜੀ। ਉਸ ਤੋਂ ਬਾਅਦ ਇਹਨਾਂ ਨੇ ਇਹ ਕਿਹਾ ਕਿ ਹਾਂ ਵੀ ਚਲੋ ਤੁਹਾਨੂੰ ਮੈਂ ਪੈਸੇ ਦੇਣਾ, ਨਾ ਇਹਨੇ ਮੈਨੂੰ ਪੈਸੇ ਦੇਣਾ ਔਰ ਨਾ ਹੀ ਇਹਨੇ ਮੈਨੂੰ ਉਹ ਕੀਤਾ ਜੀ, ਔਰ ਚੈੱਕ ਦਿੱਤੇ ਉਹ ਵੀ ਡੁਪਲੀਕੇਟ ਚੈੱਕ ਦਿੱਤੇ। ਤੁਹਾਨੂੰ ਮਤਲਬ ਛੇੜਛਾੜ ਵੀ ਕੀਤੀ ਤੁਹਾਡੇ? ਹਾਂਜੀ ਹਾਂਜੀ ਬਿਲਕੁਲ ਜੀ। ਤੇ ਪਰਚਾ ਦਰਜ ਕਰ ਲਿਆ ਪੁਲਿਸ ਨੇ, ਚਲਾਨ ਪੇਸ਼ ਹੋ ਗਿਆ, ਫਿਰ ਤੁਹਾਨੂੰ ਕੀ ਮੰਗ ਹੈ ਤੁਹਾਡੀ ਹੁਣ? ਸਾਡੀ ਇਹੀ ਮੰਗੇ ਜੀ, ਮੈਨੂੰ ਮੈਂ ਤੇ ਜਿੱਥੇ ਵੀ ਗਈ ਹਾਂ ਜੀ, ਮੈਨੂੰ ਢਕੋਲੀ ਪੁਲਿਸ ਵਾਲਿਆਂ ਕੋਲ ਵੀ ਗਈ ਹਾਂ, ਉਹਨਾਂ ਨੇ ਕੋਈ ਉਹ ਨਹੀਂ ਕੀਤਾ ਜੀ। ਉਸ ਤੋਂ ਬਾਅਦ ਜੀ ਮੈਂ ਇੱਥੇ ਰਿਕੁਐਸਟ ਲੈ ਕੇ ਆਈ ਹਾਂ ਕਿ ਮੈਨੂੰ ਇੱਥੇ ਇਨਸਾਫ ਮਿਲੇਗਾ ਜੀ ਚੰਡੀਗੜ੍ਹ। ਚਲਾਨ ਪੇਸ਼ ਹੋ ਗਿਆ ਤੇ ਅੱਗੇ ਕਾਰਵਾਈ ਚੱਲ ਰਹੀ ਹੈ, ਫਿਰ ਕੀ ਨਹੀਂ ਤੁਹਾਨੂੰ ਇਨਸਾਫ ਮਿਲੇ? ਧਮਕੀਆਂ ਮਿਲਦੀਆਂ ਨੇ ਨਾ ਸਰ ਜੀ, ਤਾਂ ਹੀ ਆਉਣਾ ਪਿਆ ਨਾ। ਧਮਕੀਆਂ ਤੁਸੀਂ ਇਸ ਬਾਰੇ ਧਮਕੀਆਂ ਬਾਰੇ ਪੁਲਿਸ ਕੋਲ ਗਏ? ਗਈ ਸੀ ਜੀ, ਮੈਂ ਕੰਪਲੇਂਟ ਵੀ ਪਾਈ ਹੈ ਜੀ, ਉਹਨਾਂ ਨੇ ਨਹੀਂ ਬੁਲਾਇਆ ਜੀ ਮੈਨੂੰ। ਅੱਛਾ, ਹਾਂਜੀ। ਤੇ ਹਥਿਆਰ ਵੀ ਇਹਦੇ ਕੋਲ? ਇਹ ਹਥਿਆਰ ਹੈ ਜੀ, ਹਥਿਆਰ ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਲਾਇਸੈਂਸ ਕਿੱਦਾਂ ਬਣਾਇਆ ਕਿੱਦਾਂ ਨਹੀਂ ਬਣਾਇਆ, ਇਹਨੂੰ ਮੈਨੂੰ ਕੋਈ ਨਹੀਂ ਪਤਾ ਜੀ, ਮੈਨੂੰ ਤਾਂ ਇੰਨਾ ਪਤਾ ਹੈਗਾ ਕਿ ਇਹ ਮੈਨੂੰ ਧਮਕੀ ਦਿੰਦਾ ਹੈਗਾ। ਕਈ ਵਾਰੇ ਵੀ ਉਹ ਜ਼ੀਰਕਪੁਰ ਦੇ ਬਿਲਡਰਾਂ ਨਾਲ ਬੜਾ ਇਸ਼ੂ ਚੱਲਦਾ ਹੈ ਇਹਨਾਂ ਦਾ, ਅਤੇ ਉਹ ਬਿਲਡਰਾਂ ਨੇ ਤਾਂ ਨਹੀਂ ਤੁਹਾਨੂੰ ਕਿਤੇ ਭੇਜਿਆ ਅੱਗੇ ਕਰਕੇ? ਬਿਲਡਰਾਂ ਦੇ ਥਰੂ ਜੀ, ਮੈਨੂੰ ਕਿਸੇ ਦੇ ਥਰੂ ਖੜਾ ਹੁੰਦਾ ਹੈ ਜੀ, ਖੜਾ ਹੋ ਕੇ ਜੀ ਗੱਲ ਕਿਸੇ ਹੋਰ ਨਾਲ ਕਰ ਹੁੰਦਾ ਹੈਗਾ ਜੀ, ਸੁਣਾਉਂਦਾ ਮੈਨੂੰ ਹੈ ਜੀ। ਹਾਂਜੀ, ਮੈਨੂੰ ਇਸ ਤੋਂ ਬਹੁਤ ਖਤਰਾ ਹੈ ਜੀ, ਪਲੀਜ਼ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਕਿ ਮੈਨੂੰ ਇਨਸਾਫ ਮਿਲੇ ਜੀ। ਠੀਕ ਹੈ। ਸੋ ਇਸ ਬਾਰੇ ਸੁਖਦੇਵ ਚੌਧਰੀ ਉਹਨਾਂ ਦਾ ਕੀ ਕਹਿਣਾ, ਆਪਾਂ ਉਹਨਾਂ ਨਾਲ ਵੀ ਹੁਣੇ ਫੋਨ ਤੇ ਗੱਲ ਕਰ ਲੈਂਦੇ ਆ ਕਿ ਉਹ ਕੀ ਕਹਿ ਰਹੇ ਤੁਹਾਡੇ ਸਾਹਮਣੇ। ਹੈਲੋ, ਸੁਖਦੇਵ ਚੌਧਰੀ ਗੱਲ ਕਰ ਰਹੇ ਨੇ? ਹਾਂਜੀ, ਅੱਜ ਨਾਲ ਹੀ ਆ ਮੇਰੇ। ਹਾਂਜੀ ਹਾਂਜੀ, ਚੌਧਰੀ ਸਾਹਿਬ ਗੱਲ ਕਰਾ ਦੋਗੇ ਚੌਧਰੀ ਜੀ ਨਾਲ? ਬਿਲਕੁਲ ਬੋਲ ਰਹੇ ਹਾਂ ਜੀ ਮਹਾਰਾਜ। ਚੌਧਰੀ ਸਾਹਿਬ, ਤੁਹਾਨੂੰ ਫੋਨ ਆ ਰਹੇ ਹੋਣੇ ਮੀਡੀਆ ਦੇ? ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਜੀ। ਕੀ ਕਹਿਣਾ ਚਾਹੋਗੇ ਚੌਧਰੀ ਸਾਹਿਬ? ਆਧਾਰ ਬਿਲਕੁਲ ਝੂਠੇ, ਇੱਕ ਨੰਬਰ ਦੀ ਮਕਾਰ ਔਰਤ ਹੈ, ਇਹਨੇ ਇੱਕ ਹੀ ਆਪਦੀ ਕੋਠੀ ਨੂੰ ਪੰਜ ਥਾਂ ਵੇਚਿਆ, ਪੰਜਾਂ ਦੇ ਐਗਰੀਮੈਂਟ ਮੇਰੇ ਕੋਲ ਨੇ, ਕੋਰਟ 'ਚ ਵੀ ਕੇਸ ਹੈ। ਇੱਕ ਥਾਂ ਤੇ ਇਹ ਨਾਭਾ ਦੇ ਵਿੱਚ, ਪਟਿਆਲਾ ਦੇ ਵਿੱਚ ਜਿਹੜਾ ਨਾਭਾ ਪੈਂਦਾ ਹੈ ਉਹਨੂੰ ਇਹ ਗਰਾਊਂਡ ਅਪਰ ਫਲੋਰ ਵੇਚ ਗਈ, ਗਰਾਊਂਡ ਫਲੋਰ ਕਿਸੇ ਹੋਰ ਨੂੰ ਵੇਚ ਗਈ, ਪੂਰੀ ਕੋਠੀ ਇਹ ਪੰਜ ਥਾਂ ਵੇਚ ਗਈ ਜੀ। ਹਰੇਕ ਤੋਂ ਦਸ ਦਸ ਬਾਰਾਂ ਬਾਰਾਂ ਵੀਹ ਵੀਹ ਲੱਖ ਰੁਪਏ ਲੈ ਲਏ। ਇੱਕ ਦਾ ਇੱਕ ਨੇ ਕੋਰਟ 'ਚ ਕੇਸ ਪਾਇਆ ਇਹਨੇ, ਫਿਰ ਇਹ ਪੈਸੇ ਲੈ ਲੈ ਕੇ ਇਲਜ਼ਾਮ ਲਗਾਉਂਦੀਆਂ ਦਾ ਧੰਦਾ ਇਹ ਵਾਲਾ, ਪਰ ਇਹ ਨਕਲੀ ਸੋਨੇ ਦਾ ਕੰਮ ਕਰਦੀ ਹੈ। ਤੇ ਆਪਣਾ ਤੁਸੀਂ ਵੀ ਇੱਕ ਖਰੀਦਦਾਰ ਹੋ ਉਹਨਾਂ ਪੰਜਾਂ ਦੇ ਵਿੱਚੋਂ? ਬਿਲਕੁਲ ਜੀ, ਮੈਂ ਵੀ ਐਗਰੀਮੈਂਟ ਕੀਤਾ, ਲੇਕਿਨ ਮੇਰਾ ਉਹਨਾਂ ਕੋਲ ਲੈਣਾ ਦੇਣਾ ਸੀ, ਇਹਨੇ ਐਫ ਆਈ ਆਰ 'ਚ ਮੇਰਾ ਨਾਮ ਵਿੱਚ ਵੈਸੇ ਹੀ ਪਾਤਾ, ਮੇਰਾ ਪੈਸਾ ਅੱਜ ਵੀ ਬੋਲਦਾ ਇਹਦੇ ਕੋਲ ਲੈਣਾ। ਇਹ ਤੁਹਾਡੇ ਦੋਸ਼ ਲਾਰ ਨੇ ਵੀ ਤੁਸੀਂ, ਤੁਹਾਡੇ ਵੈਸੇ ਕਈ ਕ੍ਰਿਮੀਨਲ ਕੰਪਲੇਂਟ ਤੁਹਾਡੇ ਖਿਲਾਫ ਚੱਲਦੀਆਂ ਨੇ, ਤੁਸੀਂ ਛੇੜਛਾੜ ਵੀ ਕੀਤੀ? ਨਹੀਂ, ਮੈਂ ਚਲੋ ਸਰ ਪਤਾ ਕੀ ਜੀ, ਉਹ ਤਾਂ ਮੈਂ 55,000 ਕਤਲ ਕੀਤੇ ਹੋਏ ਨੇ, ਉਹਦੇ ਨਾਲ ਇਹਦੇ ਨਾਲ ਕੋਈ ਮੈਟਰ ਨਹੀਂਗਾ। ਛੇੜਛਾੜ ਦਾ ਮੈਟਰ ਹੈ ਜੀ, ਕੋਰਟ ਦੇ ਵਿੱਚ ਸੁਲਟਾਂਗੇ ਉਸਨੂੰ।
ਤੁਹਾਨੂੰ ਬਦਨਾਮ ਕਿਉਂ ਕਰ ਰਹੇ ਆ ਫਿਰ? ਇਹ ਕਿਸੇ ਦੇ ਕਹਿਣ ਤੇ ਕਰ ਰਹੀ ਹੈ, ਇੱਥੇ ਪੱਤਰਕਾਰ ਬੈਠਾ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਤੁਹਾਨੂੰ ਸਭ ਨੂੰ ਸਾਹਮਣੇ ਆ ਜਾਏਗਾ ਜਿਹੜਾ ਪੱਤਰਕਾਰ ਹੋ। ਉਹ ਇੱਕ ਬਿਲਡਰ ਦੇ ਕਹਿਣ ਤੇ ਕਰ ਰਿਹਾ ਕਿ ਬਿਲਡਰ ਨੇ 200 ਕਰੋੜ ਦੀ ਠੱਗੀ ਕੀਤੀ ਉਸ ਬਿਲਡਰ ਨੇ। ਅਗਰ ਤੁਸੀਂ ਕਰਨਾ ਚਾਹੋਗੇ ਤਾਂ ਉਸ ਬਿਲਡਰ ਦੀ ਮੈਂ ਕਵਰੇਜ ਕਰਾਵਾਂਗਾ ਕਿ 250 ਕਰੋੜ ਦੀ ਠੱਗੀ ਕਰ ਰਿਹਾ, ਉਹ ਬਚਣ ਵਾਸਤੇ ਇਹਨਾਂ ਨੂੰ ਇਸਤੇਮਾਲ ਕਰ ਰਿਹਾ। ਮਤਲਬ ਉਹ ਇਹਨਾਂ ਨੂੰ ਅੱਗੇ ਕਰ ਰਿਹਾ, ਉਹ ਅੱਗੇ ਕਰ ਰਿਹਾ ਜੀ। ਉਹ ਮੈਂ ਤੁਹਾਨੂੰ ਪੇਪਰਾਂ ਦੇ ਨਾਲ, ਮੈਂ ਸਰਚੀ ਡਾਕੂਮੈਂਟ ਦੇ ਨਾਲ ਗੱਲ ਕਰਾਂਗਾ। ਇਹਨੇ ਜਿੰਨੀ ਕੋਠੀ ਵੇਚੀ, ਇੱਕੋ ਕੋਠੀ, ਉਹ ਤੁਹਾਨੂੰ ਹੁਣੇ ਐਗਰੀਮੈਂਟ ਵਟਸਐਪ ਕਰ ਦੇਣਾ ਕਿੰਨੇ ਲੋਕਾਂ ਨੂੰ ਵੇਚੀ ਹੈ। ਠੀਕ ਹੈ, ਧੰਨਵਾਦ ਚੌਧਰੀ ਸਾਹਿਬ। ਥੈਂਕ ਯੂ ਬ੍ਰਦਰ, ਥੈਂਕ ਯੂ ਵੈਰੀ ਮਚ। ਸੋ ਸੁਖਦੇਵ ਚੌਧਰੀ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ, ਤੂੰ ਸੁਣਿਆ, ਉਹ ਕਹਿ ਰਹੇ ਨੇ ਕਿ ਖੁਦ ਜਿਹੜੀ ਹੈਗੀ ਹੈ ਔਰਤ, ਜਿਨ੍ਹਾਂ ਨੇ ਉਹਨਾਂ 'ਤੇ ਛੇੜਛਾੜ ਦਾ ਪਰਚਾ ਦਰਜ ਕਰਾਇਆ, ਉਹ ਇੱਕ ਅਲੱਗ ਮੈਟਰ ਹੈ, ਪਰ ਖੁਦ ਇਹਨਾਂ ਨੇ ਆਪਣੀ ਕੋਠੀ 4-5 ਬੰਦਿਆਂ ਨੂੰ ਵੇਚੀ ਹੋਈ ਹੈ, ਜਿਸ ਨੂੰ ਲੈ ਕੇ ਉਹਨਾਂ ਨੇ ਆਵਾਜ਼ ਚੁੱਕੀ ਸੀ ਅਤੇ ਇਹਨਾਂ ਨੇ ਛੇੜਛਾੜ ਦਾ ਪਰਚਾ ਦਰਜ ਕਰਾਤਿਆ ਸੀ, ਅਤੇ ਹੁਣ ਇਹ ਮਾਮਲਾ ਕੋਰਟ ਵਿੱਚ ਪਹੁੰਚ ਚੁੱਕਿਆ। ਉੱਥੇ ਜਾ ਕੇ ਇਹ ਆਪਣੀ ਜਿਹੜਾ ਹੈਗਾ ਪੈਰਵੀ ਕਰਨਗੇ। ਅਤੇ ਅਨੀਤਾ ਰਾਣੀ ਜਿਹੜੀ ਸ਼ਿਕਾਇਤਕਰਤਾ ਚੌਧਰੀ ਖਿਲਾਫ਼, ਉਹਨੇ ਜੋ ਗਲਤ ਕੰਮ ਕੀਤੇ ਉਹਨੇ ਉਹਦੇ ਦਸਤਾਵੇਜ਼ ਵੀ ਆਉਣ ਵਾਲੇ ਟਾਈਮ 'ਚ ਮੀਡੀਆ ਸਾਹਮਣੇ ਲੈ ਕੇ ਆਉਣਗੇ। ਵਿਜੇ ਸ਼ੋਕ ਦੇ ਨਾਲ ਬਲਜੀਤ ਮਰਵਾਹਾ, ਚੰਡੀਗੜ੍ਹ।